ਨਜਾਇਜ਼ ਮਾਰਿਆ ਜੇ ਫੋਨ ਕੰਪਲੀਟ ਦੇ ਦਾ ਦੀ ਅਨਜਾਇਜ਼ ਮਾਰਿਆ ਇੱਕ ਤੇ ਚਪੇੜ ਮਾਰੀ ਆ ਇੱਕ ਤੇ ਚਪੇੜ ਮਾਰੀ ਉਹ ਮੁੜੇ ਤੂੰ ਗਿਆ ਈ ਓ ਆ ਜੇ ਨਜਾਇਜ਼ ਮਾਰਿਆ ਆ ਜੇ ਨਜਾਇਜ਼ ਮਾਰਿਆ ਮੇਰੇ ਪਿਓ ਨੂੰ ਅੰਦਰ ਲੈ ਕੇ ਗਏ ਜੇ ਮਾਰਨ ਦੇ ਅੰਦਰ ਮੇਰੇ ਪਿਓ ਨੂੰ ਮਾਰਨ ਦੇ ਅੰਦਰ ਆ ਮਾਰਨ ਦੇ ਮੇਰੇ ਪਿਓ ਨੂੰ ਲੈ ਗਏ ਅੰਦਰ ਆ ਮੇਰੇ ਪਿਓ ਨੂੰ ਮਾਰਨ ਦੇ ਅੰਦਰ ਆ ਚਪੇੜਾ ਮਾਰ ਕੇ ਗਈ ਹੈ ਠੀਕ ਹੈ ਇਹ ਮੁੜ ਕੇ ਹੋਰ ਨਹੀਂ ਕੋਈ ਗੱਲ ਇਹ ਗੱਲ ਹੋਣੀ ਜੇ ਠੀਕ ਹੈ ਇਹ ਬਦਮਾਸ਼ੀਆਂ ਕਰਨ ਡੇ ਨੇ ਪੂਰੀਆਂ ਅਤੇ ਇਹਨਾਂ ਇਹ ਬੇਫਾਲਤੂ ਚਪੇੜ ਮਾਰੀ ਗਈ ਹੈ ਮੇਰੇ ਮੂੰਹ 'ਤੇ ਠੀਕ ਹੈ ਇਹ ਵੇਖ ਲਓ ਠੀਕ ਹੈ ਇਹਨਾਂ ਨੂੰ ਕੋਈ ਗੱਲ ਮਾੜੀ ਨਹੀਂ ਕਹੀ ਅੱਗੋਂ ਕਹਿੰਦੇ ਲੜ ਕੇ ਵੇਖ ਲਓ ਇਹ ਤਾਂ ਬਦਤਮੀਜ਼ੀ ਨੇ ਇਹਨਾਂ ਦੀ ਬਦਮਾਸ਼ੀ ਨਹੀਂ ਚੱਲਣੀ ਹੈ ਇਹ ਆਪਾਂ ਨਾ ਕਿਸੇ ਨੂੰ ਕਹੀਦਾ ਅਤੇ ਨਾ ਸੁਣੀਦਾ ਮੇਰਾ ਨਾਂ ਮੈਂ ਰਿਟਾਇਰ ਫੌਜੀ ਹਾਂ ਪ੍ਰੇਮ ਸਿੰਘ ਮੇਰਾ ਨਾਂ ਵਾ ਗੱਲ ਉਹ ਦਿਨ ਮੈਂ ਇੱਥੇ ਆਪਣੇ ਗੁਆਂਢ 'ਚ ਅੱਜ ਤੱਕ ਨਹੀਂ ਹੁੰਦਾ ਠੀਕ ਹੈ ਜੀ ਮੈਂ ਇਹਨਾਂ ਨੂੰ ਮੈਨੂੰ ਮਿਲਦੇ ਆ ਸਤ ਕਰੀਦੀ ਆ ਵੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹਨਾਂ ਦੇ ਤੱਕ ਰਿਸ਼ਤੇਦਾਰਾਂ ਨੂੰ ਮੈਂ ਇਹ ਕਿਹਾ ਵਾ ਸਤਿ ਸ਼੍ਰੀ ਅਕਾਲ ਬੁਲਾਈਦੀ ਆ ਕਿਸੇ ਨਾਲ ਅੱਜ ਤੱਕ ਵੈਰ ਨਹੀਂ ਹੋਏ ਕੁਛ ਨਹੀਂ ਹੋਇਆ ਉਦੋਂ ਨੂੰ ਜਿਹੜੀ ਗੱਲ ਹੋਈ ਉਦੋਂ ਵੀ ਇਹ ਮਾਵਾਂ ਧੀਆਂ ਉੱਥੇ ਬਾਹਰ ਖੜੀਆਂ ਸੀ ਇਹਨਾਂ ਨੂੰ ਮੈਂ ਇੱਕ ਹੀ ਗਈ ਮੈਂ ਸਤਿ ਸ਼੍ਰੀ ਅਕਾਲ ਬੁਲਾ ਕੇ ਫਿਰ ਮੈਂ ਗਿਆ ਜਿੱਦਾਂ ਮੈਂ ਨਿਕਲਿਆ ਕਿਤੇ ਮੁੰਡਾ ਮੇਰਾ ਬਾਹਰ ਖੜਾ ਸੀ ਉਸ ਟਾਈਮ 'ਤੇ ਅਤੇ ਇਹ ਮਾਵਾਂ ਧੀਆਂ ਕਹਿਣਾ ਪਈ ਕਹਿੰਦੀ ਫੌਜੀ ਤਾਂ ਕਰਾਏਗਾ ਅਤੇ ਮੇਰੇ ਬੇਟੇ ਨੇ ਇਹ ਗੱਲ ਕਹੀ ਆ ਕਹਿੰਦਾ ਵੀ ਆਂਟੀ ਤੁਸੀਂ ਇੱਦਾਂ ਕੋਈ ਕਹਿੰਦੇ ਫੌਜੀ ਕਰਾਏਗਾ ਉਹ ਆਈ ਆ ਉਹਦੀ ਕੁੜੀ ਉਹਨੇ ਆਣ ਕੇ ਥੱਪੜ ਮਾਰਤਾ ਤੇ ਬਸ ਮੈਂ ਤਾਂ ਨਿਕਲ ਗਿਆ ਬਾਜ਼ਾਰ ਵਾਸਤੇ ਮੈਨੂੰ ਕਰੀਬ 3 ਜਾਂ 4 ਮਿੰਟ ਬਾਅਦ ਕਾਲ ਆ ਗਈ ਮੁੰਡੇ ਦੀ ਕਹਿੰਦਾ ਪਾਪਾ ਆਹ ਗੱਲ ਹੋ ਗਈ ਮੈਂ ਜਿੱਦਾਂ ਆਇਆ ਇੱਥੇ ਘਰੇ ਮੈਂ ਹਾਲੇ ਗੱਡੀ ਖੜੀ ਕੀਤੀ ਆ ਇਹਨਾਂ ਮੈਨੂੰ ਧੂ ਕੇ ਅੰਦਰ ਕੀਤਾ ਵਾ ਇਹਨਾਂ ਦਾ ਪੂਰਾ ਪਰਿਵਾਰ ਇੱਥੇ ਜਿੰਨੇ ਹੀ ਖੜੇ ਸੀ ਉਹ ਮੈਨੂੰ ਅੰਦਰ ਲੈ ਕੇ ਚੱਲ ਗਏ ਆ ਇਹਨਾਂ ਨੇ ਮੇਰੇ ਹੱਥ ਚੁੱਕਿਆ ਸਾਰਿਆਂ ਨੇ ਠੀਕ ਹੈ ਜੀ ਮੈਂ ਕੁਛ ਨਹੀਂ ਕੀਤਾ ਮੈਂ ਇਹਨਾਂ ਨੂੰ ਸਿਰਫ ਇਹ ਪੁੱਛਣ ਡਿਆ ਕਿ ਕੀ ਹੋਇਆ ਕੀ ਹੈ ਦੱਸੋ ਤਾਂ ਗੱਲ ਕੀ ਆ ਮੈਂ ਤਾਂ ਇਹਨਾਂ ਨੂੰ ਪੁੱਛਣ ਡਿਆ ਮੈਨੂੰ ਆਏ ਸਿੱਧਾ ਇਹਨਾਂ ਨੇ ਮੈਨੂੰ ਗੱਡੀ ਉਹ ਮੈਂ ਜਿੱਦਾਂ ਉਤਰਿਆ ਵਾਂ ਮੈਨੂੰ ਅੰਦਰ ਲੈ ਗਏ ਬਸ ਨਹੀਂ ਆਪਾਂ ਉਹ ਕਾਲ ਕੀਤੀ ਸੀ ਆਪਾਂ ਉਸ ਤੋਂ ਬਾਅਦ ਮੈਂ ਨਹੀਂ ਕੀਤੀ ਮੇਰੀ ਵਾਈਫ ਨੇ ਮੇਰੇ ਬੱਚੇ ਨੇ ਕਾਲ ਕੀਤੀ ਆ ਮੈਨੂੰ ਇਹਨਾਂ ਨੂੰ ਮੈਂ ਸਿਰਫ ਇਹ ਪੁੱਛਣ ਡਿਆ ਵੀ ਮੈਨੂੰ ਇਹ ਦੱਸੋ ਕਿ ਗੱਲ ਕੀ ਹੋਈ ਆ ਕਿਉਂਕਿ ਮੇਰੇ 'ਤੇ ਇਹਨਾਂ ਨਾਲ ਕੋਈ ਹੈ ਨਹੀਂ ਝਗੜਾ ਮੈਂ ਇੱਥੇ ਮੁਹੱਲੇ ਦੇ ਵਿੱਚ ਸਾਰਿਆਂ ਨੂੰ ਬੁਲਾਉਂਦਾ ਇੱਕ ਦੂਜੇ ਨੂੰ ਇਹ ਪਤਾ ਫਿਰ ਉੱਥੇ ਉਹ ਲੈ ਗਏ ਆ ਕਹਿੰਦੇ ਤੇਰਾ ਉਹ ਕਰਾਉਣਾ ਪਰਚੇ ਉਹ ਕਰਾਉਣੇ ਆ ਪੁਲਿਸ ਆਈ ਆ ਇਹਨਾਂ ਨੇ ਕਦੇ ਕਾਲ ਕੀਤੀ ਉੱਥੇ ਚੰਡੀਗੜ੍ਹ ਫਿਰ ਇੱਥੇ ਇਹਨਾਂ ਨੇ ਕਾਲ ਕੀਤੀ ਆ ਬਸ ਇਹ ਉਸ ਤੋਂ ਬਾਅਦ ਮੈਨੂੰ ਇਹ ਉਹੀ ਪੁਲਿਸ ਜਿਹੜੀ ਆਈ ਸੀ ਉਹ ਮੈਨੂੰ ਉੱਥੇ ਲੈ ਕੇ ਚਲ ਗਏ ਥਾਣੇ ਹਾਂ ਜੀ ਮੇਰੇ ਵੱਲੋਂ ਕੰਪਲੇਂਟ ਆ ਮੈਨੂੰ ਹੀ ਲੈ ਗਏ ਆ ਉੱਥੇ ਗਏ ਉੱਥੇ ਕਹਿੰਦੇ ਬਲਾਜਾ ਕਰਾਉਣਾ ਮੇਰੇ ਹੌਸਪਿਟਲ ਲੈ ਗਏ ਉੱਥੇ ਕੋਈ ਨਹੀਂ ਆ ਨਾ ਮੇਰੇ ਬਲੱਡ ਟੈਸਟ ਹੋਏ ਨਾ ਕੁਛ ਹੋਇਆ ਉੱਥੇ ਡਾਕਟਰ ਵੀ ਉੱਦਾਂ ਲਿਖਤਾ ਵਾ
ਫਿਰ ਇਹਨਾਂ ਨੇ ਦਿੱਤੀ ਆ ਉਸ ਤੋਂ ਬਾਅਦ, ਹਾਂਜੀ ਇਹਨਾਂ ਨੇ ਦਰਖਾਸਤ ਦਿੱਤੀ ਆ, ਪਰ ਉਸ ਤੋਂ ਬਾਅਦ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਹਾਲੇ ਤੱਕ ਕੋਈ, ਕਿਉਂਕਿ ਇਹਨਾਂ ਨੂੰ ਹੋਣਾ ਚਾਹੀਦਾ ਸੀ ਵੀ ਉਹ ਪੁਲਿਸ ਵਾਲਿਆਂ ਨੂੰ ਇਹ ਚਾਹੀਦਾ ਸੀ ਵੀ ਉੱਥੇ ਥਾਣੇ 'ਚ ਬੁਲਾਉਣ ਇਹਨਾਂ ਨੂੰ, ਇਹ ਕਦੀ ਕਹਿੰਦੇ ਆ ਵੀ ਅੱਜ ਉੱਥੇ ਉਹਦੀ ਡਿਊਟੀ ਉੱਥੇ ਲੱਗੀ ਆ, ਆਹ 15 ਅਗਸਤ ਆ ਗਏ, 2 ਦਿਨ ਉੱਥੇ ਚਲ ਗਏ ਆ, ਉਸ ਤੋਂ ਬਾਅਦ ਕਹਿੰਦੇ ਆ ਰੱਖੜੀ ਆ ਗਈ ਆ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉੱਤੋਂ ਸਾਨੂੰ ਡੇ ਕਰਨ ਵੀ ਆਪਾਂ ਇਹਨਾਂ ਨੂੰ ਪਾੜਨਾ ਵਾ, ਇਹਨਾਂ ਕੋਲ ਮਾਫੀਆਂ ਮੰਗਵਾਉਣੀਆਂ ਵਾ, ਆਪਾਂ ਇਹ ਕਰਨਾ ਜੇ, ਮੈਂ ਆਰਮੀ ਦੇ ਵਿੱਚੋਂ ਰਿਟਾਇਰ ਆਇਆ ਵਾਂ, ਮੈਂ ਕੋਈ ਕਾਰਵਾਈ ਨਹੀਂ ਕਰਦਾ, ਮੈਨੂੰ ਨਾ ਸਾਨੂੰ ਪਤਾ ਹੁੰਦਾ ਇਸ ਚੀਜ਼ਾਂ ਦਾ, ਨਾ ਆਪਾਂ ਕੋਈ ਕਾਰਵਾਈ ਕਰਨ ਡਿਆ, ਮੈਂ ਕੋਈ ਹਾਲੇ ਤੱਕ ਨਹੀਂ ਕੀਤੀ। ਪਰ ਇਹਨਾਂ ਨੂੰ ਇਹ ਚਾਹੀਦਾ ਸੀ ਵੀ ਘੱਟੋ ਘੱਟ ਇਹ ਤਾਂ ਹੋਏ, ਪੁਲਿਸ ਨੂੰ ਇਹ ਤਾਂ ਚਾਹੀਦਾ, ਚਲੋ ਠੀਕ ਆ ਮੁਲਾਜ਼ਮ ਆ, ਅੱਗੋਂ ਮੈਂ ਵੀ ਆਰਮੀ ਵਾਲਾ ਵਾਂ, ਚਲੋ ਰਿਟਾਇਰ ਆਇਆ ਫਿਰ ਵੀ ਆਰਮੀ ਵਾਲਾ ਹੀ ਹਾਂ, ਇਹਨਾਂ ਨੂੰ ਇਹ ਤਾਂ ਘੱਟੋ ਘੱਟ ਚਾਹੀਦਾ ਸੀ ਕਿ ਉਹਨੂੰ ਬੁਲਾ ਕੇ ਉੱਥੇ ਥਾਣੇ ਸਾਡੇ ਸਾਹਮਣੇ ਪੇਸ਼ ਕਰਦੇ। ਪ੍ਰੇਮ ਸਿੰਘ ਜੀ ਅਤੇ ਇਹ ਰਿਟਾਇਰ ਆਏ ਨੇ, ਫੌਜੀ ਰਿਟਾਇਰ ਆਏ ਨੇ, ਅਤੇ ਸਾਡਾ ਤਾਂ ਘਰ ਦਾ ਕੰਮ ਚੱਲਦਾ ਪਿਆ ਸੀਗਾ, ਸਾਰੇ ਮਿਸਤਰੀ ਵੀ ਲੱਗੇ, ਰਾਜ ਮਿਸਤਰੀ ਲੱਗਾ, ਲੱਕੜ ਮਿਸਤਰੀ ਲੱਗਾ, ਅਸੀਂ ਤਾਂ ਘਰ ਦਾ ਕੰਮ ਕਰਵਾਉਂਦੇ ਪਏ ਹਾਂ। ਅਤੇ ਸ਼ਾਮ ਦੇ ਟਾਈਮ ਨਾ ਇਹਨਾਂ ਨੂੰ ਮਤਲਬ ਮੁੰਡਿਆਂ ਨੇ ਬੋਲਿਆ ਵੀ ਅੰਕਲ ਜੀ ਸਾਡਾ ਸਮਾਨ ਥੋੜ੍ਹਾ ਜਿਹਾ ਸਾਨੂੰ ਲਿਆ ਕੇ ਮਾਰਕੀਟ ਜਾਣਾ, ਇਹਨਾਂ ਨੇ ਗੱਡੀ ਕੱਢੀ ਆ ਬਾਹਰ, ਅਤੇ ਗੱਡੀ ਇਹਦੇ ਤਾਂ ਸਾਡੇ ਗੇਟ ਦੇ ਅੰਦਰ ਹੀ ਸੀਗੀ ਥੋੜ੍ਹੀ ਜਿਹੀ, ਮੈਂ ਅਤੇ ਮੇਰੀ ਬੇਟੀ ਵੀ ਬਾਹਰ ਖੜ੍ਹੇ ਹਾਂ, ਤਾਂ ਇਹਨਾਂ ਦੀ ਲੜਕੀ ਆਈ ਆ ਗੱਡੀ, ਅਤੇ ਉਹਨੇ ਗੱਡੀ ਨੂੰ ਪਤਾ ਨਹੀਂ ਟਰਨ ਕਰਨਾ ਜਾਂ ਕੁਛ ਕਰਨਾ, ਉਹਨੇ 2 ਵਾਰੀ ਹਾਰਨ ਦਿੱਤਾ, ਅਸੀਂ ਇਹਦੇ ਪਾਪਾ ਨੇ ਨਹੀਂ ਗੋਲੀ ਗੱਲ ਉਹ ਗੱਡੀ ਕੱਢਣ ਡੇ ਸੀਗੇ, ਉਹਨੇ ਨਹੀਂ ਗੋਲੀ, ਅਤੇ ਇਹਨਾਂ ਨੇ ਇਹ ਨਾ ਮਤਲਬ ਕਿ ਗੱਡੀ ਲੈ ਕੇ ਚਲੇ ਗਏ, ਅਤੇ ਬਾਅਦ ਵਿੱਚ ਇਹ ਨਾ ਜਿਹੜੇ ਕੁਲਵਿੰਦਰ ਕੌਰ ਭੈਣ ਜੀ ਅਤੇ ਕਹਿੰਦੇ ਕਿ ਇਹ ਫੌਜੀ ਜਿਹੜਾ ਨਾ ਇਹ ਕਰਾਇਆ ਕਾ ਪੂਰਾ ਕਰਾਇਆ ਕਾ, ਅਤੇ ਮੇਰਾ ਬੇਟਾ ਵੀ ਖੜਾ ਸੀਗਾ, ਅਤੇ ਕਹਿੰਦੇ ਕਿ ਉਹਨਾਂ ਨੇ ਮੇਰੇ ਬੇਟੇ ਨੇ ਬੋਲਿਆ ਕਿ ਆਂਟੀ ਜੀ ਵੀ ਇਸ ਤਰ੍ਹਾਂ ਤੁਸੀਂ ਮੇਰੇ ਪਾਪਾ ਨੂੰ ਥੋੜ੍ਹੀ ਨਾ ਬੋਲ ਸਕਦੇ ਹੋ, ਅਤੇ ਇਹ ਜਿਹੜੀ ਉਹ ਕੁੜੀ ਗੱਡੀ 'ਚ ਉਹਨੇ ਟਰਨ ਕੀਤੀ ਗੱਡੀ ਉੱਥੇ ਲਾ ਕੇ, ਅਤੇ ਉਹ ਅੰਦਰ ਆਈ, ਅੰਦਰ ਆਣ ਕੇ ਅਤੇ ਕਹਿੰਦੀ ਮੈਂ ਤੇਰੇ ਚਪੇੜ ਬੜੀ ਜ਼ੋਰ ਦੀ ਇੱਕ ਚਪੇੜ ਮਾਰੀ ਇੱਕ ਹੋਰ ਮਾਰੀ, ਫਿਰ ਕਹਿੰਦੀ ਕਿ ਤੈਨੂੰ ਹੁਣ ਮੈਂ ਦੱਸਦੀ ਹਾਂ ਕਿ ਤੇਰੀ ਆ ਜਿਹੜੀ ਜਵਾਨੀ ਜੀ ਚੜ੍ਹਨ ਦੀ ਆ ਨਾ, ਮੈਂ ਹੁਣ ਕਹਿੰਦੀ ਤੇਰੀ 2 ਸੈਕਿੰਡ ਲਾਉਂਦੀ ਇਹਨੂੰ ਤੇਰੀ ਜਵਾਨੀ ਜੀ ਜਿਹੜੀ ਬੜੀ ਚੜ੍ਹਨ ਦੀ, ਅਤੇ ਉਹ ਇਹਨੇ ਕਿਹਾ ਮੇਰੇ ਬੇਟੇ ਨੇ ਕਿਹਾ ਕਿ ਮੈਂ ਤੁਹਾਨੂੰ ਗਲਤ ਕੀ ਬੋਲਿਆ, ਫਿਰ ਇਹ ਸਾਡੇ ਘਰ ਤੋਂ ਨੀਚੇ ਉਤਰ ਗਈ ਆ, ਫਿਰ ਇਹਨਾਂ ਦੇ ਉਹ ਜਿਹੜੇ ਸੀਗੇ ਦੋਨੇ ਭਣੇਵਾਂ ਆ ਅਤੇ ਗਾੜੀ ਭਣੇਵੇਂ ਦਾ ਮੁੰਡਾ ਆ ਉਹ ਵੀ ਆ ਗਏ ਨੇ, ਇਹਨਾਂ ਨੇ ਫੋਨ ਕਰਕੇ ਸੱਦ ਲਏ ਉਹ ਵੀ ਆ ਗਏ ਆ, ਉਹ ਕਹਿੰਦਾ ਵੀ ਬਾਹਰ ਆ, ਵੀਡੀਓ ਵਿੱਚ ਦੇਖਿਓ ਕਹਿੰਦਾ ਸਿੱਧਾ ਹੀ ਆਣ ਕੇ ਕਹਿੰਦਾ ਬਾਹਰ ਆ ਬਾਹਰ, ਅਤੇ ਉਹ ਇਹਨੇ ਮੇਰੇ ਬੇਟੇ ਨੇ ਸਾਰਾ ਕੁਛ ਬੋਲਿਆ ਵੀ ਸਾਡੇ ਨਾਲ ਤੁਸੀਂ ਗਲਤ ਕੀਤਾ, ਸਾਡੇ ਨਾਲ ਬਦਮਾਸ਼ੀ ਪੂਰੀ ਕਰਨ ਡੇ, ਅਸੀਂ ਤੁਹਾਨੂੰ ਕੁਛ ਨਹੀਂ ਮਾੜਾ ਨਹੀਂ ਚੰਗਾ ਨਹੀਂ ਕਦੀ ਕੁਛ ਕੰਪਲੇਨ ਕੀਤੀ ਸੀਗੀ, ਮੈਂ ਉਸੇ ਟਾਈਮ ਮੇਰੇ ਬੇਟੇ ਨੇ ਮੈਨੂੰ ਨੈੱਟ ਤੋਂ ਹੀ ਮੈਨੂੰ ਫੋਨ ਨੰਬਰ ਕੱਢ ਕੇ ਦਿੱਤਾ, ਮੈਂ ਉੱਥੇ ਕੰਪਲੇਨ ਕੀਤੀ, ਉਸ ਨਾਲ ਉਹਨਾਂ ਨੇ ਮੈਨੂੰ ਮਤਲਬ ਦੱਸਿਆ ਵੀ ਆਹ ਫੋਨ 'ਤੇ ਕਰੋ ਆਹ ਫੋਨ 'ਤੇ ਕਰੋ, ਕਰਦਿਆਂ ਕਰਦਿਆਂ ਸਾਡੀ ਇੱਥੇ ਸਦਰ ਥਾਣੇ ਸ਼ਾਇਦ ਆਈ ਨਹੀਂ, ਅਤੇ ਇੱਥੇ ਸਾਡੀ ਗੱਲ ਹੋਈ, ਅਤੇ ਉਹ ਮਤਲਬ ਅਜੇ ਆਏ ਨਹੀਂ ਸੀਗੇ, ਇਹ ਤੋਂ ਪਹਿਲਾਂ ਹੀ ਮੇਰੇ ਹਸਬੈਂਡ ਆ ਗਏ ਨੇ ਗੱਡੀ ਲੈ ਕੇ, ਜੇ ਗਏ ਸੀਗੇ ਅਤੇ ਵਾਪਿਸ ਆ ਗਏ ਨੇ, ਅਸੀਂ ਫੋਨ ਕਰ ਦਿੱਤਾ ਵੀ ਸਾਨੂੰ ਇਹਨਾਂ ਦੀ ਕੁੜੀ ਨੇ ਮਾਰਿਆ ਮੇਰੇ ਬੇਟੇ ਨੇ, ਅਤੇ ਉਹ ਇਹ ਆਏ ਨੇ ਅਜੇ ਗੱਡੀ 'ਚੋਂ ਉਤਰੇ ਨੇ, ਅਤੇ ਇਹਨਾਂ ਨੇ ਇੱਥੇ ਹੀ ਧੂ ਕੇ ਇੱਥੇ ਮਾਰਿਆ, ਪਹਿਲੇ ਗੱਡੀ 'ਚੋਂ ਲਾ ਕੇ ਇੱਥੇ ਮਾਰਿਆ, ਇੱਥੇ ਮਾਰ ਕੇ ਫਿਰ ਆਪਣੇ ਘਰ ਧੂ ਕੇ ਲੈ ਗਏ, ਅਤੇ ਇਹਨਾਂ ਮੁੜ ਕੇ ਦਾਤਰ ਅਤੇ ਉਹ ਲਾਏ ਉਹ ਗੰਡਾਸੀਆਂ ਲਾਏ ਉਹ ਸਾਡੇ 'ਤੇ ਵਾਰ ਕੀਤੇ, ਮੇਰਾ ਬੇਟਾ ਘਰੋਂ ਬਾਹਰ ਨਹੀਂ ਗਿਆ, ਗੇਟ ਬੰਦ ਕਰ ਲੈਂਦਾ ਸੀ ਜਦੋਂ ਉਹਦੇ 'ਤੇ ਵਾਰ ਕਰਨ ਆਉਂਦੇ ਸੀ, ਮੇਰਾ ਬੇਟਾ ਗੇਟ ਬੰਦ ਕਰ ਲੈਂਦਾ, ਕੋਈ ਕਾਰਵਾਈ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ, ਜਿੱਥੇ ਵੀ ਅਸੀਂ ਜਾਂਦੇ ਹਾਂ ਉੱਥੇ ਸਾਡੀਆਂ ਗੱਲਾਂ ਜਿਹੜੀਆਂ ਲੀਕ ਆਊਟ ਹੋ ਕੇ ਇਹਨਾਂ ਦੇ ਕੋਲ ਪਹਿਲੇ ਆਉਂਦੀਆਂ ਆ, ਸਾਡੀ ਕੋਈ ਸੁਣਵਾਈ ਨਹੀਂ ਹੋਈ। ਕਾਰ ਲਾਉਣ ਤੋਂ ਮੈਡਮ ਸਾਡੇ ਏਐਸਆਈ ਅਤੇ ਕੁਲਵਿੰਦਰ ਕੌਰ ਲੱਗੇ ਆ, ਉਹਨਾਂ ਦੇ ਨਾਲ ਹੀ ਫੌਜੀ ਪ੍ਰੇਮ ਸਿੰਘ ਦਾ ਘਰ ਆ, ਅਤੇ ਕਾਰ ਲਾਉਣ ਤੋਂ ਝਗੜਾ ਹੋਇਆ ਇਹਨਾਂ ਦਾ, ਇਹਦੇ ਸੰਬੰਧੀ ਇਹਨਾਂ ਦੀਆਂ MLR ਆਈਆਂ ਸਾਡੇ ਕੋਲ, ਉਹਦੇ ਸੰਬੰਧੀ ਅਸੀਂ ਤਸਦੀਕ ਕਰਕੇ ਇੱਕ ਤਾਂ ਪ੍ਰਿਵੈਂਟਿਵ ਐਕਸ਼ਨ ਕਰ ਰਹੇ ਹਾਂ,
ਨੰਬਰ 2 ਤੇ ਜੋ ਕਾਨੂੰਨੀ ਕਾਰਵਾਈ ਇਹਨਾਂ ਦੀ ਬਣ ਕਰ ਰਹੇ ਵੀਡੀਓ ਸਾਡੇ ਅਜੇ ਤੱਕ ਸਾਡੇ ਕਿਸੇ ਨੇ ਪੇਜ ਨਹੀਂ ਕੀਤੀਆਂ, ਬਟ ਸੋਸ਼ਲ ਮੀਡੀਆ ਰਾਹੀਂ ਤੇ ਦੇਖਿਆ ਗਿਆ ਵਾ ਉਹਦੇ ਉਦੋਂ ਤੇ ਵਾਚ ਕੇ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਹੋਵੇ ਬਣਦੀ ਹੋਈ ਕਰਾਂਗੇ।